ਫਿਰ ਆਪਾਂ ਹੁੱਕਾਂ ਦੇ ਦਿੱਤੀਆਂ ਦੋਨੋਂ ਸਾਈਡਾਂ 'ਤੇ। ਜਦੋਂ ਆਪਣੀ ਟਰਾਲੀ ਕਿਸੇ ਵੀ ਟਾਈਮ ਖੁੱਭ ਜਾਂਦੀ ਹੈ ਤਾਂ ਦੋਨੋਂ ਸਾਈਡਾਂ ਤੋਂ ਅਲੱਗ ਅਲੱਗ ਟਰੈਕਟਰ ਪਾ ਕੇ ਆਪਾਂ ਟਰਾਲੀ ਨੂੰ ਕੱਢ ਸਕਦੇ। ਕੋਈ ਪਾਣੀ ਦੀ ਬੋਤਲ, ਗਲਾਸ ਵਗੈਰਾ ਰੱਖਣਾ ਤਾਂ ਆਪਾਂ ਇਹਦੇ ਵਿੱਚ ਰੱਖ ਸਕਦੇ। ਬੁਰਸ਼ ਲੱਗੇ ਹੋਏ ਆ ਜੀ, ਗਰੀਸ ਕਰੋ ਇਹਨਾਂ ਦੀ ਘਸਾਈ ਬਿਲਕੁਲ ਵੀ। ਕਰਾਰੀ ਲੋਕ ਆਪਾਂ ਬਣਾ ਕੇ ਲਾਇਆ ਹੋਇਆ ਸੀ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ 12.6 ਦੀਆਂ 4 ਟਰਾਲੀਆਂ। ਇਹ ਜੌਂਡੀਅਰ ਕਲਰ ਦੇ ਵਿੱਚ ਆ ਗਈ ਜੀ, 12.6 3 ਫੁੱਟ ਵਿੱਚ ਆ ਗਿਆ ਜੀ, ਘੱਟ ਇਹਦਾ 4 ਫੁੱਟ ਆ ਗਿਆ। ਪੰਪ ਵਾਲੀ ਪੈਪ ਲੋਕ ਦੇ ਵਿੱਚ ਆ ਗਈ ਹੈ ਜੀ। ਡਹੀ ਜੀ, ਡਹੀ ਐਡਜਸਟੇਬਲ ਆ ਗਈ, ਰੇਤਾ ਮਿੱਟੀ ਭਰ ਗਿਆ ਤਾਂ ਚਲੋ ਨੈੱਟ ਖੁੱਲ੍ਹੋ, ਨੈੱਟ ਖੋਲ੍ਹ ਕੇ ਆਪਾਂ ਇਹਨੂੰ ਡਹੀ ਨੂੰ ਬਾਹਰ ਕੱਢ ਕੇ ਸਾਫ਼ ਕਰ ਸਕਦੇ ਹਾਂ। ਬਾਕੀ ਜੇ ਟੂਲ ਦਾ ਲੋਕ ਆ ਗਿਆ ਜੀ, ਟੂਲ ਦਾ ਲੋਕ ਵੀ ਆਪਾਂ ਪਹਿਲਾਂ ਨਾਲੋਂ ਚੇਂਜ ਕਰਤਾ ਜੀ। ਆਟੋ ਲੋਕ ਆ ਗਿਆ, ਚਾਬੀ ਨਾਲ ਲੋਕ ਵੀ ਹੋਊਗਾ ਅਤੇ ਪਿੰਨ ਵੀ ਪਊਗੀ ਇਹਦੀ। ਠੀਕ ਹੈ ਜੀ, 3 ਫੁੱਟ ਵਿੱਟ ਦੇ ਵਿੱਚ ਆ ਗਈ ਜੌਂਡੀਅਰ ਟਰੈਕਟਰ ਦੀ ਟਰਾਲੀ ਆ ਗਈ ਜੀ, 4 ਫੁੱਟ ਦਾ ਗੱਟ ਆ ਗਿਆ। ਪੌੜੀ ਦੇ ਵਿੱਚ ਆਪਾਂ ਚੇਂਜਿੰਗ ਕਰਤੀ ਜੀ, ਲੋਕੋ ਵਿੱਚ ਆ ਗਏ ਜੀ, ਅਲੱਗ ਅਲੱਗ ਪੌੜੀ ਬੈੱਡ ਦੇ ਨਾਲ ਅਲੱਗ ਕਰਤੀ, ਬਾਡੀ ਦੇ ਨਾਲ ਅਲੱਗ ਆ ਗਈ। ਬਾਕੀ ਥੋੜ੍ਹੇ ਜਿਹੇ ਲੋਕੋ ਹੋ ਆਪਾਂ ਹੋਰ ਕੁਛ ਮੋਡੀਫਾਈ ਕਰਤੇ, ਕੁੰਡੇ ਆ ਗਏ ਜੀ, ਬਿੱਡ ਦੇ ਕੈਚਰ ਲੱਗੇ ਆ, ਬਿੱਡ ਲਾਉਣਾ ਵੀ ਸੌਖਾ, ਸਿਰਫ ਕੈਚਰ ਖੋਲ੍ਹੋ ਅਤੇ ਸਾਰਾ ਬਿੱਡ ਆਪਾਂ ਬੜੀ ਆਸਾਨੀ ਨਾਲ ਲਾ ਸਕਦੇ, ਕੋਈ ਨਟ ਨਹੀਂ ਪੈਂਦਾ ਬਿੱਡ ਦੇ। ਇਹ 12.6 ਆ ਕਿ ਇਹਦੇ ਟੂਲ 'ਤੇ ਲੋਕ ਤੋਂ ਥੋੜ੍ਹਾ ਫਰਕ ਹੈ। ਪਹਿਲਾਂ ਆਪਾਂ ਇਹ ਲੋਕ ਲਾਉਂਦੇ ਹੁੰਦੇ ਸੀ ਜੀ, ਹੁਣ ਆਪਾਂ ਨਵੇਂ ਮਾਡਲ ਦੇ ਵਿੱਚ ਉਹ ਲੋਕ ਕਰਦੇ। ਇਹਦੇ ਨਾਲ ਮੰਜਾ ਆ ਗਿਆ ਜੀ, ਟਾਇਰ 'ਤੇ ਜਿਹੜਾ ਜੀ, ਇਹਦਾ ਵੀ ਬਿੱਡ 3 ਫੁੱਟ ਆ ਜੀ। ਕੋਈ ਪਾਣੀ ਦੀ ਬੋਤਲ, ਗਲਾਸ ਵਗੈਰਾ ਰੱਖਣਾ ਤਾਂ ਆਪਾਂ ਇਹਦੇ ਵਿੱਚ ਰੱਖ ਸਕਦੇ ਹਾਂ। ਬਾਕੀ ਟਾਇਰ ਲਾਉਣੇ ਵੀ ਸੌਖੇ ਆ ਜੀ, ਟਾਇਰਾਂ ਦੀ ਆਪਾਂ ਚਿਪਕਣੀਆਂ ਦੇ ਦਿੱਤੀਆਂ ਜੀ, ਆਪਾਂ ਖੋਲ੍ਹੋ ਬੜੀ ਆਸਾਨੀ ਨਾਲ ਆਪਾਂ ਟਾਇਰ ਲਾ ਸਕਦੇ ਹਾਂ। ਆ ਜਾਓ, ਬਾਕੀ ਆਪਾਂ ਤੁਹਾਨੂੰ ਬੈਕ ਸਾਈਡ ਤੋਂ ਦਿਖਾਉਣੇ ਆ ਜੀ। ਇਹ ਟਰਾਲੀ 12.6 ਹੈ, ਇਹਦਾ ਡਾਲਾ 2 ਪਾਰਟ ਖੁੱਲੂਗਾ ਜੀ, ਇਹ ਤੁਹਾਨੂੰ ਖੋਲ੍ਹ ਕੇ ਦਿਖਾਉਣੇ ਆ। ਇਹ ਵੀ 12.6, ਇਹਦਾ ਡਾਲਾ 1 ਸਾਈਡ 'ਤੇ ਖੁੱਲੂਗਾ ਜੀ। ਜੋ ਇਹ ਟਰਾਲੀ ਹੈ ਜੀ, ਇਹਦਾ ਵੀ 2 ਸਾਈਡ 'ਤੇ ਖੁੱਲੂਗਾ, ਡਾਲੇ ਨੇ ਜੀ ਪੂਰੀ ਪਿੰਨ ਪਾਈ ਹੋਈ ਹੈ। ਬੁਰਸ਼ ਲੱਗੇ ਹੋਏ ਆ ਜੀ, ਗਰੀਸ ਕਰੋ ਇਹਨਾਂ ਦੀ ਘਸਾਈ ਬਿਲਕੁਲ ਵੀ ਹੈ। ਬਾਕੀ ਇੱਧਰ ਆਪਾਂ ਆਪਣਾ ਲੋਕ ਆਪਦਾ ਤਿਆਰ ਕਰਦੇ ਹਾਂ ਜੀ, ਆਪਦਾ ਤਿਆਰ ਕਰਕੇ ਜੀ ਇੱਕ ਸਾਈਡ ਤੋਂ ਇਹਦੇ ਡਾਲੇ ਦੇ ਆਪਾਂ ਸ਼ੋਕਰ ਲਾਏ ਹੋਏ ਆ, ਬੜੀ ਆਸਾਨੀ ਨਾਲ ਆਪਾਂ ਉੱਪਰ ਜਾ ਕੇ ਇਹਨੇ ਰੁਕ ਜਾਣਾ। ਇਹਦੇ ਦੇ ਵਿੱਚ ਵੀ ਆਪਣਾ ਡਾਲਾ 2 ਪਾਰਟ ਆ ਜੀ, ਇਹਨੂੰ ਵੀ ਬੜਾ ਆਸਾਨੀ ਨਾਲ ਆਪਣਾ ਗਰਾਰੀ ਲੋਕ ਆਪਾਂ ਬਣਾ ਕੇ ਲਾਇਆ ਹੋਇਆ ਸੀ। ਸਾਡੀਆਂ ਟਰਾਲੀਆਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਕਮੈਂਟ ਕਰਕੇ ਦੱਸਿਓ। ਬਾਕੀ ਸਕਰੀਨ ਦੇ ਉੱਪਰ ਨੰਬਰ ਚੱਲ ਰਹੇ ਆ ਜੀ, ਕੋਈ ਵੀ ਜਾਣਕਾਰੀ ਲੈਣੀ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਤੁਸੀਂ ਕੋਈ ਟਰਾਲੀ ਦੇ ਵਿੱਚ ਕੋਈ ਫੀਚਰ ਪਵਾਉਣਾ ਹੋਵੇ ਜਾਂ ਕੋਈ ਵੀ ਆਪਣੀ ਮਰਜ਼ੀ ਨਾਲ ਕੋਈ ਚੀਜ਼ ਐਡ ਕਰਵਾਉਣੀ ਹੈ ਤਾਂ ਤੁਸੀਂ ਕੰਟੈਕਟ ਕਰਕੇ ਜਾਂ ਦੁਕਾਨ 'ਤੇ ਵਿਜ਼ਿਟ ਕਰਕੇ ਤੁਸੀਂ ਆ ਕੇ ਸਾਨੂੰ ਦੱਸ ਸਕਦੇ ਹੋ।